ਸਾਹ ਮੁਕਾਬਲਾ ਸ਼ੁਰੂ ਹੋਣ ਜਾ ਰਿਹਾ। ਦਰਸ਼ਕ ਵੀਰੋ, ਇੱਕ ਪਾਸੇ ਦਿਲਬਾਗ ਭਲਵਾਨ ਦਾ ਛੱਡਿਆ ਹੋਇਆ ਅਜਨਾਲੇ ਦੀ ਧਰਤੀ, ਅੰਮ੍ਰਿਤਸਰ ਦੀ ਧਰਤੀ, ਉੱਥੋਂ ਦਾ ਭੁਪਿੰਦਰ, ਦੂਜੇ ਪਾਸੇ ਫਿਰ ਕਹਿੰਦੇ ਸਿੱਖ ਸਰਦਾਰ ਨੌਜਵਾਨ ਸ਼ਾਹਪੁਰ ਦਾ ਜਤਿੰਦਰ। ਸੋ ਕਰੋ ਜੀ ਸ਼ੁਰੂ, ਤਾੜੀਆਂ ਮਾਰ ਦਿਓ, ਖੁੱਲ ਕੇ ਦਰਸ਼ਕ ਵੀਰੋ ਖੁੱਲ ਕੇ ਤਾੜੀਆਂ ਮਾਰ ਦਿਓ, ਇੰਨੀਆਂ ਤਾੜੀਆਂ ਮਾਰ ਦਿਓ ਜਿੰਨੀਆਂ ਆਪਣੇ ਵਿਆਹ ਨੂੰ ਮਾਰੀਆਂ, ਕਿਉਂਕਿ ਬਹੁਤ ਵਧੀਆ ਵੱਡੇ ਮੱਲ ਪਹੁੰਚੇ ਆ। ਇਹ ਮੱਲਾਂ ਲੈ ਕੇ ਆਉਣਾ ਸ਼ਹੀਦੇ ਮੈਦਾਨ ਚ, ਇਹ ਵੀ ਕਹਿੰਦੇ ਬੜਾ ਔਖਾ ਹੋ ਜਾਂਦਾ ਹੈ, ਬੜਾ ਔਖਾ। ਜਸਵੀਰ ਤੇ ਸਾਬੀ ਦੇ ਵਿੱਚ ਮੁਕਾਬਲਾ ਸ਼ੁਰੂ ਕਰਾ ਲਓ ਜੀ। ਕਾਲੇ ਰੰਗ ਦੇ ਲੰਗੋਟੇ ਵਿੱਚ ਜਸਵੀਰ ਨਾਲ ਸਾਬੀ, ਬਦਾਮਾਂ ਦੀਆਂ ਗਿਰੀਆਂ 1000 ਰੁਪਏ ਕਿਲੋ ਆਉਂਦੀਆਂ ਵਧੀਆ, ਦੁੱਧ ਵੀ 60 ਰੁਪਏ ਲੀਟਰ ਹੋ ਗਿਆ, 10 ਕਿਲੋ ਫੈਟ ਵਾਲਾ, ਕੇਲਿਆਂ ਦੀ ਦਰਜਣ ਵੀ 80 ਰੁਪਏ ਹੈ। ਸੋ ਭਲਵਾਨਾਂ ਦਾ ਮਾਣਦਾਰ ਕਰ ਦਿਓ, ਪਹਿਲਵਾਨ ਬਣਨਾ ਬੜਾ ਔਖਾ ਹੈ ਇਸ ਸਮੇਂ ਦੇ ਵਿੱਚ, ਪਹਿਲਵਾਨ ਬਣਨਾ ਬੜਾ ਔਖਾ। ਸੋ ਦਰਸ਼ਕ ਵੀਰਾਂ ਨੂੰ ਬੇਨਤੀ ਹੈ ਕਿ ਵੱਧ ਚੜ ਕੇ ਮਾਣਦਾਰ ਕਰ ਦਿਓ ਪਹਿਲਵਾਨ ਵੀਰਾਂ ਦਾ। ਇੱਕ ਪਾਸੇ ਪੱਟੀ ਵਾਲਾ ਜੱਸਾ ਤੇ ਦੂਜੇ ਪਾਸੇ ਫਿਰ ਕਹਿੰਦੇ ਵਿਕਰਮ ਕੋਟੀਆ। ਦੀਪਕ ਉਹਨਾਂ ਦੇ ਵਿੱਚ ਮੁਕਾਬਲਾ ਹੋਣਾ ਹੈ, ਇਹ ਭਲਵਾਨ ਦੀ ਬਿਲਕੁਲ ਤਾਈ ਰੱਖੋ ਜੀ। ਵਾਹ ਵੇ ਵਾਹ, ਬੱਲੇ ਬੱਲੇ ਬੱਲੇ, ਇੱਕ ਪਾਸੇ ਸ਼ਾਂਤ ਪਰੀਆ ਜਤਿੰਦਰ ਤੇ ਦੂਜੇ ਪਾਸੇ ਅਜਨਾਲੇ ਦੀ ਧਰਤੀ ਦਾ ਭੁਪਿੰਦਰ। ਪੀਰਾਂ ਤੇ ਫਕੀਰਾਂ ਨੇ ਤੈਨੂੰ ਦਿੱਤਾ ਹੈ ਜਨਮ, ਤੂੰ ਆਈ ਹੈ ਜੱਗ ਉੱਤੇ ਤਾਂ ਭਲਵਾਨੀਏ, ਹਰ ਯੁੱਗ ਵਿੱਚ ਰਿਹਾ ਤੇਰਾ ਬੋਲ ਬਾਲਾ, ਤੈਨੂੰ ਚੱਕਿਆ ਹੈ ਪਰਮਾਤਮਾ ਨਾਲ ਤਾਂ ਭਲਵਾਨੀਏ, ਦੁਆਪਰ ਯੁੱਗ ਵਿੱਚ ਜਿਹੜੇ ਕ੍ਰਿਸ਼ਨ ਭਗਵਾਨ ਸੀ ਉਹ ਆਪ ਚਕੋਟੀ ਦੇ ਪਹਿਲਵਾਨ ਸੀ, ਹੋਈ ਹੈ ਸੁਧਾਮੇ ਨਾਲ ਕੁਸ਼ਤੀ, ਦੱਸਦੀ ਹੈ ਮਥੁਰਾ ਦੀ ਥਾਂ ਭਲਵਾਨੀਏ, ਪੀਰਾਂ ਤੇ ਫਕੀਰਾਂ ਨੇ ਤੈਨੂੰ ਦਿੱਤਾ ਹੈ ਜਨਮ, ਤੂੰ ਆਈ ਹੈ ਜੱਗ ਉੱਤੇ ਤਾਂ ਭਲਵਾਨੀਏ। ਜੱਸਾ ਪੱਟੀ ਦੇ ਨਾਲ ਫਿਰ ਮੁਕਾਬਲਾ ਕਹਿੰਦੇ ਸ਼ੁਰੂ ਹੋ ਚੁੱਕਿਆ ਹੋਵੇਗਾ ਥੋੜੇ ਸਮੇਂ ਬਾਅਦ। ਇਧਰਲੇ ਪਾਸੇ ਫਿਰ ਕਹਿੰਦੇ ਜਤਿੰਦਰ ਸ਼ਾਂਤਪੁਰੀਆ, ਨਾਲ ਫਿਰ ਕਹਿੰਦੇ ਅਜਨਾਲੇ ਦੀ ਧਰਤੀ ਦਾ ਭੁਪਿੰਦਰ। ਪੈਂਦੇ ਪਟਾਕੇ ਭਿੜਦੇ ਕਾਕੇ, ਪੈਂਦੇ ਪਟਾਕੇ ਭਿੜਦੇ ਕਾਕੇ, ਬਹੁਤ ਵਧੀਆ, ਸ਼ਾਬਾਸ਼, ਬਹੁਤ ਵਧੀਆ ਮੁਕਾਬਲੇ ਨਾਲ ਪਹਿਲਵਾਨਾਂ ਦੇ ਦਰਮਿਆਨ ਚੱਲਦਾ ਹੋਇਆ, ਪਹਿਲਵਾਨਾਂ ਦੇ ਦਰਮਿਆਨ ਚੱਲਦਾ ਹੋਇਆ। ਸੁੱਤਾ ਹੋਵੇ ਮੋਰੇ ਕਦੇ ਭੱਜ ਕੇ ਲੰਘੀਏ ਨਾ, ਬਿਨਾਂ ਗੱਲ ਤੋਂ ਕਿਸੇ ਦੇ ਦਰਵਾਜ਼ੇ ਅੱਗੇ ਖੰਘੀਏ ਨਾ, ਨਕਲੀ ਖੰਘ ਹਟਾ ਕੇ ਅਗਲਾ ਅਸਲੀ ਲਵਾ ਦਿੰਦਾ, ਜੇ ਹੋਵੇ ਪੱਟੀ ਵਾਲਾ ਜੱਸਾ ਫਿਰ ਸਾਹਮਣੇ ਵਾਲੇ ਨੂੰ ਪੱਗਾ ਪਾ ਦਿੰਦਾ, ਫਿਰ ਸਾਹਮਣੇ ਵਾਲੇ ਨੂੰ ਪੱਗਾ ਪਾ ਦਿੰਦਾ। ਆਹਨਾ ਜੀ ਸਵਾਦ ਹੈ, ਪੂਰਾ ਸਵਾਦ ਆਉਂਦਾ ਕਹਿੰਦੇ ਕਮੈਂਟਰੀ ਦਾ। ਧੰਨਵਾਦ ਕਰਦੇ ਹਾਂ ਗੋਬੀ ਭਾਅ ਜੀ ਵੱਲੋਂ ਵੱਡਾ ਮਾਣ ਪੁੱਜਦਾ ਹੋਇਆ, ਅਸੀਂ ਧੰਨਵਾਦ ਕਰਦੇ ਹਾਂ ਸਾਰੇ ਵੀਰਾਂ ਦਾ। ਲਾਓ ਭਲਵਾਨਾ ਦਾਫੇ ਚ ਕਰੋਵਾਰ ਪਾਰ ਦਾ ਮੁਕਾਬਲਾ, ਕਰੋਵਾਰ ਪਾਰ ਦਾ ਮੁਕਾਬਲਾ। ਵਾਹ ਵੇ ਵਾਹ, ਇਧਰਲੇ ਪਾਸੇ ਭੁਪਿੰਦਰ ਅਜਨਾਲੇ ਵਾਲਾ ਤੇ ਨਾਲ ਫਿਰ ਕਹਿੰਦੇ ਸ਼ਾਂਤ ਪਰੀਆ ਜਤਿੰਦਰ। ਲੱਲੇ ਨਾਲ ਲੱਖਾਂ, ਸੱਸੇ ਨਾਲ ਸਰੂਰ, ਅੱਜ ਜਤਿੰਦਰ ਤੇ ਭੁਪਿੰਦਰ ਹਿਮਾਚਲ ਦੇ ਵਿੱਚ ਪੂਰਾ ਮਸ਼ਹੂਰ ਹੈ। ਵਾਹ ਬਾਈ ਵਾਹ, ਮਾਰਿਆ ਘੁਮਾ ਕੇ ਮੱਖਣ ਚੋਂ ਵਾਲ ਲਾ ਕੇ, ਚੰਗਾ ਮੁੱਲ ਪਾਇਆ ਹੀਰੀਏ, ਮੱਝੀਆਂ ਚਰਾਈਆਂ 12 ਸਾਲ ਨੀ, ਮਾਰਿਆ ਘੁਮਾ ਕੇ ਇੰਜ ਜਿਵੇਂ ਮੱਖਣ ਵਿੱਚੋਂ ਵਾਲ ਨੀ, ਜਿਵੇਂ ਮੱਖਣ ਵਿੱਚੋਂ ਵਾਲ ਨੀ। ਵਾਹ ਬਾਈ ਵਾਹ, ਪੱਲੇ 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 ਮੱਛੀ।